ताज़ा ते नवीं खबरां लैके हाजिर है एशिया टीवी। आओ चात मारदे हां अज दीआं विशेष खबरां ते। नवी दिल्ली विच आलू किसानां नूं अपनी फसल दी वाजब कीमत ना मिलन ते पंजाब तों कांग्रेस दे सांसद मैंबरां ने आलू वेच के अपना रोष जाहिर कीता। प्रदर्शनकारी सांसद मैंबरां दी अगवाई कर रहे पंजाब कांग्रेस दे प्रधान सुनील जाखड़ ने कहा कि देश दा किसान परेशान है, पर मोदी जी सिर्फ अडानी ते अंबानी ले ही काम कर रहे हन। उन्हां दोष लाया कि पीएम सिर्फ आरएसएस दे प्रचारक वजो ही बोलदे हन। पंजाब दे लोकां नूं आस है कि पीएम उन्हां नूं कुछ दे के जाणगे, पर कुछ नहीं होया, सिर्फ जुमलेबाजी हुई। किसानां लई प्रदर्शन देख के आंध्र प्रदेश लई विशेष दर्जे दी मंग करन वाले टीडीपी दे सांसद मैंबर भी उन्हां दा साथ देण पहुंच गए। महाराष्ट्र दे बीड़ विच एक अजीब मामला सामने आया है। उत्थे दे लोकां दे बैंक अकाउंटां च अचानक पैसे जमा होण लग गए। किसी दे खाते विच 500 रुपए ते किसी दे खाते विच 2500 रुपए जमा होए हन। बैंक अकाउंटां च आए पैसे हुण लोकां विच चर्चा दा मुद्दा बणिया होया है कि आखिर ए पैसे आए कित्थों ने। मामला अजे तक साफ नहीं हो पाया। इस मामले नूं लैके अजे तक बैंक वल्लों भी कोई जानकारी नहीं दित्ती गई है। किसानां नूं पहला लग्या कि किसी सरकारी स्कीम जां फसल बीमे दा पैसा उन्हां दे खाते विच आया है। बाद विच साफ होया कि पैसा उन्हां लोकां दे अकाउंट विच आया है जिन्हां कोल जमीन नहीं है। पैसे आउण तों बाद लोकां विच इस गल दी अफवाह भी फैल गई कि प्रधानमंत्री मोदी पैसे खाते विच भेज के अपना चोन वादा पूरा कर रहे हन। NIA ਨੂੰ ਮੇਰਠ ਦੇ ਜਿਸ ਨਈਮ ਦੀ ਭਾਲ ਸੀ ਉਸ ਨੂੰ ਮੇਰਠ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇੱਕ ਖਬਰੀ ਵੱਲੋਂ ਮਿਲੀ ਸੂਚਨਾ ਦੇ ਆਧਾਰ ਤੇ ਨਈਮ ਦੀ ਗ੍ਰਿਫਤਾਰੀ ਹੋਈ ਹੈ। ਦਿੱਲੀ ਤੋਂ ਆਈ NIA ਦੀ ਟੀਮ ਕੁਝ ਫਾਰਮੈਲਿਟੀ ਕਰਕੇ ਨਈਮ ਨੂੰ ਆਪਣੇ ਨਾਲ ਦਿੱਲੀ ਲੈ ਗਈ ਹੈ। 26 ਦਸੰਬਰ 2018 ਨੂੰ NIA ਨੇ ਨਈਮ ਦੀ ਭਾਲ ਵਿੱਚ ਮੇਰਠ ਦੇ ਰਾਧਨਾ ਪਿੰਡ ਵਿੱਚ ਛਾਪਾ ਮਾਰਿਆ ਸੀ ਤੇ ਛਾਪੇਮਾਰੀ ਦੀ ਖਬਰ ਮਿਲਣ ਤੋਂ ਬਾਅਦ ਨਈਮ ਫਰਾਰ ਹੋ ਗਿਆ। ਇਸ ਤੋਂ ਬਾਅਦ NIA ਤੋਂ ਮਿਲੇ ਆਦੇਸ਼ਾਂ ਤੋਂ ਬਾਅਦ ਨਈਮ ਦੀ ਗ੍ਰਿਫਤਾਰੀ ਲਈ ਕਠੋਰ ਥਾਣਾ ਪੁਲਿਸ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਐਕਟੀਵੇਟ ਕੀਤਾ ਗਿਆ ਸੀ ਤੇ ਪਿੰਡ ਦੀ ਘੇਰਾਬੰਦੀ ਕਰ ਨਈਮ ਨੂੰ ਗ੍ਰਿਫਤਾਰ ਕੀਤਾ ਗਿਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਮੋਤੀ ਲਾਲ ਵੋਰਾ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸੰਮਣ ਜਾਰੀ ਹੋਣ ਬਾਅਦ ਦੋਵੇਂ ਲੀਡਰ ਕੱਲ ਅਦਾਲਤ ਵਿੱਚ ਪੇਸ਼ ਹੋਏ ਸਨ। ਅਦਾਲਤ ਨੇ ਦੋਵਾਂ ਦੀ ਜ਼ਮਾਨਤ ਲਈ 5-5 ਲੱਖ ਰੁਪਏ ਦਾ ਮੁਚਖਲਾ ਲਿਆ ਹੈ। ਜ਼ਿਕਰਯੋਗ ਹੈ ਕਿ ਹੁੱਡਾ ਤੇ ਵੋਰਾ ਐਸੋਸੀਏਟਿਡ ਜਰਨਲ ਲਿਮਟਿਡ ਪਲਾਟ ਅਲਾਟਮੈਂਟ ਦੇ ਮਾਮਲੇ ਵਿੱਚ ਘਿਰੇ ਹੋਏ ਹਨ। ਪੱਛਮ ਉੱਤਰ ਪਾਕਿਸਤਾਨ ਵਿੱਚ ਖੈਬਰ ਪਖਤੂਨਵਾ ਸਰਕਾਰ ਨੇ ਪੇਸ਼ਾਵਰ ਵਿੱਚ ਸਥਿਤ ਪ੍ਰਾਚੀਨ ਹਿੰਦੂ ਧਾਰਮਿਕ ਸਥਾਨ 5 ਤੀਰਥ ਨੂੰ ਕੌਮੀ ਵਿਰਾਸਤ ਐਲਾਨ ਦਿੱਤਾ ਹੈ। ਇੱਥੇ ਸਥਿਤ 5 ਸਰੋਵਰ ਕਰਕੇ ਇਸ ਦਾ ਨਾਂ 5 ਤੀਰਥ ਪਿਆ ਸੀ। ਇਸ ਦੇ ਇਲਾਵਾ ਇੱਥੇ ਮੰਦਿਰ ਤੇ ਖਜੂਰ ਦੇ ਰੁੱਖਾਂ ਵਾਲਾ ਬਾਗ ਵੀ ਹੈ। ਹੁਣ ਇਸ ਸਥਾਨ ਦੇ 5 ਸਰੋਵਰ ਚਾਚਾ ਯੂਨਸ ਪਾਰਕ ਤੇ ਖੈਬਰ ਪਖਤੂਨਵਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਦਾਇਰੇ ਵਿੱਚ ਆਉਂਦੇ ਹਨ। ਚੀਨ ਵਿੱਚ ਰਹਿਣ ਵਾਲੇ ਤਾਕੇਸ਼ਾਓ ਵੈਂਗ ਨੇ 7 ਸਾਲ ਪਹਿਲਾਂ ਆਈਫੋਨ ਖਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ। ਉਸਨੇ 2011 ਵਿੱਚ ਆਈਫੋਨ 4 ਖਰੀਦਿਆ ਸੀ। ਇਸ ਤੋਂ ਬਾਅਦ ਹੁਣ ਉਹ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਨਾਲ ਜੰਗ ਕਰ ਰਿਹਾ ਹੈ। ਵੈਂਗ ਹਸਪਤਾਲ ਵਿੱਚ ਡਾਇਲਿਸਿਸ ਤੇ ਹੈ ਤੇ ਉਸਦੇ ਇਲਾਜ ਲਈ ਉਸਦੇ ਮਾਂ ਪਿਓ ਨੂੰ ਸਭ ਕੁਝ ਵੇਚਣਾ ਪਿਆ ਹੈ। 7 ਸਾਲ ਪਹਿਲਾਂ ਵੈਂਗ ਦੀ ਉਮਰ 17 ਦੀ ਸੀ ਤੇ ਉਸਨੇ $699 ਤੇ ਆਈਫੋਨ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ। ਮਾਂ ਦੇ ਪੁੱਛੇ ਜਾਣ ਤੇ ਉਸਨੇ ਕਿਡਨੀ ਵੇਚਣ ਦੀ ਗੱਲ ਕਬੂਲ ਕੀਤੀ ਤੇ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 1984 ਸਿੱਖ ਕਤਲੇਆਮ ਦੇ ਵਕੀਲ ਹਰਵਿੰਦਰ ਸਿੰਘ ਫੁਲਕਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ 2 ਵੱਖ-ਵੱਖ ਫਰੰਟਾਂ ਤੇ ਆਪਣੀ ਲੜਾਈ ਸ਼ੁਰੂ ਕਰਨ ਦਾ ਅਹਿਦ ਲਿਆ ਹੈ। ਫੁਲਕਾ ਨੇ ਕਿਹਾ ਕਿ ਹੁਣ ਉਹ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਅਤੇ ਪੰਥਕ ਸੁਧਾਰਾਂ ਲਈ ਕੰਮ ਕਰਨਗੇ। ਉਹਨਾਂ ਕਿਹਾ ਕਿ ਆਪ ਦੀਆਂ ਨੀਤੀਆਂ ਨਾਪਸੰਦ ਹੋਣ ਕਰਕੇ ਹੀ ਉਹਨਾਂ ਨੇ ਪਾਰਟੀ ਨੂੰ ਛੱਡਿਆ ਹੈ। ਸੀਨੀਅਰ ਵਕੀਲ ਨੇ ਕਿਹਾ ਕਿ ਹਾਲੇ ਤੱਕ ਪਾਰਟੀ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ। ਚੰਡੀਗੜ੍ਹ ਵਿੱਚ ਕੱਲ ਰਾਤ ਤਕਰੀਬਨ 10 ਵਜੇ ਫਿਲੌਰ ਪੁਲਿਸ ਟ੍ਰੇਨਿੰਗ ਸੈਂਟਰ ਵਿੱਚ ਕਮਾਂਡਰ ਨਰੇਸ਼ ਡੋਗਰਾ ਅਤੇ ਟਾਂਡਾ ਦੇ ਨਾਇਬ ਤਹਿਸੀਲਦਾਰ ਉੱਤੇ 10-12 ਜਣਿਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਕਿਸੇ ਪਾਰਟੀ ਤੋਂ ਬਾਅਦ ਨਿੱਜੀ ਹੋਟਲ ਵਿੱਚੋਂ ਬਾਹਰ ਨਿਕਲ ਰਹੇ ਸਨ। ਜਿਵੇਂ ਹੀ ਹੋਟਲ ਵਿੱਚੋਂ ਬਾਹਰ ਨਿਕਲੇ ਉਸ ਵੇਲੇ ਬਦਮਾਸ਼ਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹਨਾਂ ਤੇ 4 ਰੋਂਦ ਗੋਲੀਆਂ ਵੀ ਚਲਾਈਆਂ ਗਈਆਂ। ਦਰਅਸਲ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਨਿੱਜੀ ਹੋਟਲ ਦੇ ਰਿਸ਼ਤੇਦਾਰਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਇੱਕ ਰਿਸ਼ਤੇਦਾਰ ਆਪਣੇ ਦੋਸਤ ਕਮਾਂਡਰ ਨਰੇਸ਼ ਡੋਗਰਾ ਅਤੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਆਪਣੇ ਪੁੱਤਰ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਪਾਰਟੀ ਦੇਣ ਆਏ ਸੀ। ਪਾਰਟੀ ਖਤਮ ਹੋਣ ਬਾਅਦ ਜਦੋਂ ਹੋਟਲ ਤੋਂ ਬਾਹਰ ਨਿਕਲੇ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਕੁਝ ਲੋਕਾਂ ਨੇ ਪਹਿਲਾਂ ਉਹਨਾਂ ਨਾਲ ਝਗੜਾ ਕੀਤਾ ਤੇ ਬਾਅਦ ਵਿੱਚ ਉਹਨਾਂ ਤੇ ਹਮਲਾ ਕਰ ਦਿੱਤਾ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਮਲਕੇ ਤੇ ਬਠਿੰਡਾ ਦੇ ਪਿੰਡ ਗੁਰੂਸਰ ਵਿੱਚ ਬੇਅਦਬੀ ਦੇ ਮਾਮਲੇ ਸੰਬੰਧੀ ਕ੍ਰਮਵਾਰ ਬਾਗਾ ਪੁਰਾਣਾ ਤੇ ਅਦਾਲਤ ਵਿੱਚ ਇੱਕ ਚਲਾਨ ਪੇਸ਼ ਕੀਤੇ ਹਨ। ਪਿੰਡ ਮਲਕੇ ਬੇਅਦਬੀ ਕੇਸ ਸੰਬੰਧੀ ਸਿੱਟ ਨੇ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਮੇਤ 5 ਖਿਲਾਫ ਚਲਾਨ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਗੁਰੂਸਰ ਕੇਸ ਸੰਬੰਧੀ 6 ਜਣਿਆਂ ਖਿਲਾਫ ਚਲਾਨ ਪੇਸ਼ ਕੀਤੇ ਗਏ ਹਨ।
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਡੇਰਾ ਮੀਰ ਮੀਰਾ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਕੁਝ ਲੋਕਾਂ ਨੇ ਦਲਿਤ ਪਰਿਵਾਰ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀੜਤਾ ਵੱਲੋਂ ਇਸ ਦਾ ਇਲਜ਼ਾਮ ਸਰਪੰਚੀ ਜਿੱਤੇ ਕਾਂਗਰਸੀ ਲੀਡਰ ਤੇ ਲਾਇਆ ਜਾ ਰਿਹਾ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਪਰਿਵਾਰ ਨੇ ਦੱਸਿਆ ਕਿ ਕਾਂਗਰਸ ਦੇ ਜੇਤੂ ਸਰਪੰਚ ਨੇ ਪਹਿਲਾਂ ਵੋਟ ਬਦਲੇ ਕਈ ਲਾਲਚ ਦਿੱਤੇ ਸਨ, ਪਰ ਉਹਨਾਂ ਗੱਲ ਨਹੀਂ ਮੰਨੀ। ਉਹਨਾਂ ਕਿਹਾ ਕਿ ਵੋਟਾਂ ਮਗਰੋਂ ਅੱਜ ਸਵੇਰੇ ਦਰਜਨ ਭਰ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਹੋ ਗਏ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਹਨ। ਖਬਰਾਂ ਦੇ ਬੁਲੇਟਿਨ ਨਾਲ ਬਣੇ ਰਹਿਣ ਲਈ ਧੰਨਵਾਦ।